ਪੰਜ ਵਿਅਕਤੀ ਤਿੰਨ ਪਿਸਤੌਲਾਂ ਨਾਲ ਗ੍ਰਿਫਤਾਰ। ਪਟਿਆਲਾ PCR ਨੂੰ ਵੱਡੀ ਕਾਮਯਾਬੀ ਉਦੋਂ ਹਾਸਲ ਹੋਈ ਜਦੋਂ ਲੁੱਟ ਖੋਹ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਤਿੰਨ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਕੋਲੋਂ ਇੱਕ ਖੋਹ ਕੀਤਾ ਹੋਇਆ ਮੋਟਰਸਾਈਕਲ ਜਿਸ 'ਤੇ ਜਾਲੀ ਨੰਬਰ ਲੱਗਿਆ ਸੀ ਉਹ ਵੀ ਬਰਾਮਦ ਕੀਤਾ ਹੈ। ਇਸ ਮੌਕੇ 'ਤੇ ਹਰਮੀਤ ਸਿੰਘ ਹੁੰਦਲ ਨੇ ਕਿਹਾ, ਕੱਲ੍ਹ ਸਾਡੀ PCR ਦੀ ਟੀਮ ਜਿਹੜੀ ਹੈਗੀ ਆ ਉਹਨਾਂ ਦੀ ਚੈਕਿੰਗ ਦੇ ਲਈ SI ਮਦਨ ਲਾਲ ਜਿਹੜੇ ਹੈਗੇ ਨੇ ਉਹ ਰਾਊਂਡ 'ਤੇ ਸੀਗੇ। ਜਿਸ ਵੇਲੇ PCR ਨੰਬਰ 12 ਦੀ ਚੈਕਿੰਗ ਕਰ ਰਹੇ ਸੀਗੇ ਨੇੜੇ ਸ਼ੀਸ਼ ਮਹਿਲ ਡਕਾਲਾ ਚੁੰਗੀ ਦੇ ਕੋਲ, ਉੱਥੇ ਚੈਕਿੰਗ ਕਰ ਰਹੇ ਸੀਗੇ। ਦੋ ਮੋਟਰਸਾਈਕਲ ਆਏ ਜਿਨ੍ਹਾਂ ਦੇ ਉੱਪਰ ਪੰਜ ਲੜਕੇ ਸਵਾਰ ਸੀਗੇ। ਜਦ ਪੁਲਿਸ ਪਾਰਟੀ ਨੂੰ ਦੇਖਿਆ ਉਹਨਾਂ ਨੇ, ਪੁਲਿਸ ਪਾਰਟੀ ਨੇ ਹੱਥ ਦਿੱਤਾ, ਉਹਨਾਂ ਨੇ ਮੋਟਰਸਾਈਕਲ ਮੋੜ ਕੇ ਵਾਪਸ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਟੀਮ ਨੇ ਇੱਕਦਮ ਕਾਬੂ ਕਰਨਾ ਲੱਗੇ ਤਾਂ ਉਹਨਾਂ 'ਚੋਂ ਮੋਟਰਸਾਈਕਲ ਦੇ ਉੱਪਰ ਬੈਠੇ ਇੱਕ ਸਰਦਾਰ ਲੜਕੇ ਨੇ ਪੁਲਿਸ ਟੀਮ ਦੇ ਉੱਪਰ ਜਿਹੜਾ ਹੈਗਾ ਫਾਇਰ ਕੀਤਾ। ਮੋਟਰਸਾਈਕਲ ਉਹਨਾਂ ਦਾ ਸਲਿੱਪ ਹੋ ਗਿਆ। ਉੱਥੇ ਪੁਲਿਸ ਟੀਮ ਨੇ ਪੰਜੋ ਮੁੰਡੇ ਜਿਹੜੇ ਹੈਗੇ ਆ ਇਹ ਕਾਬੂ ਕਰ ਲਏ ਸੀਗੇ। ਇਹਨਾਂ ਤੋਂ ਜਿਹੜੀ ਇਨੀਸ਼ੀਅਲ ਪੁੱਛਗਿੱਛ ਕੀਤੀ ਗਈ ਹੈ ਇਹ ਇੱਕ ਵਾਰਦਾਤ ਅੰਜਾਮ ਦੇਣ ਚੱਲੇ ਸੀਗੇ। ਇਹਨਾਂ ਨੇ ਦਿੱਲੀ ਤੋਂ ਜਿਹੜੇ ਹੈਗੇ ਨੇ ਕਿਸੇ ਬੰਦਿਆਂ ਨੂੰ ਬੁਲਾਇਆ ਸੀਗਾ ਜਿਨ੍ਹਾਂ ਨੇ ਕੁਛ ਪੈਸੇ ਲੈ ਕੇ ਆਉਣਾ ਸੀਗਾ ਅਤੇ ਉਹ ਪੈਸੇ ਇਹਨਾਂ ਨੇ ਕਿਸੇ ਤਰੀਕੇ ਦੇ ਨਾਲ ਬਿਟਕੋਇਨ ਦੇ ਵਿੱਚ ਉਹਨਾਂ ਦੇ ਪੈਸੇ ਇਨਵੈਸਟ ਕਰਵਾਉਣੇ ਸੀਗੇ। ਇਹਨਾਂ ਦੀ ਪਲੈਨਿੰਗ ਇਹ ਸੀਗੀ ਵੀ ਅਸੀਂ ਉਹਨਾਂ ਤੋਂ ਜਿਹੜਾ ਹੈਗਾ ਪੈਸੇ ਉਹਨਾਂ ਦੇ ਲੁੱਟ ਕੇ ਲੈ ਜਾਣੇ ਨੇ। ਇਹਨਾਂ ਕੋਲ ਜਦ ਚੈੱਕ ਕੀਤਾ ਤਾਂ ਇਹਨਾਂ ਕੋਲੋਂ ਤਿੰਨ ਵੈਪਨ ਮਿਲੇ, 2 315 ਬੋਰ ਦੇ ਹੈਗੇ ਨੇ ਅਤੇ 1 32 ਬੋਰ ਦਾ। ਇਸ ਤੋਂ ਇਲਾਵਾ ਜਿਹੜਾ ਮੋਟਰਸਾਈਕਲ ਇੱਕ ਮੋਟਰਸਾਈਕਲ ਦੇ ਉੱਪਰ ਇਹਨਾਂ ਨੇ ਨੰਬਰ ਪਲੇਟ ਦੇ ਉੱਪਰ ਚਿੱਟੀ ਟੇਪ ਲਗਾਈ ਹੋਈ ਸੀ। ਇੱਕ ਮੋਟਰਸਾਈਕਲ ਜਿਹੜਾ ਹੈਗਾ ਉਹ ਪੁੱਛਗਿੱਛ ਕਰਨ 'ਤੇ ਪਤਾ ਲੱਗਿਆ ਕਿ ਪਿੱਛੇ ਇਹਨਾਂ ਨੇ ਇਸ ਵਾਰਦਾਤ ਤੋਂ ਅੰਜਾਮ ਦੇਣ ਦੇ ਲਈ ਜਿਹੜਾ ਬੀਬੀਪੁਰ ਪਿੰਡ ਹੈ ਰੱਖੜੇ ਦੇ ਕੋਲ, ਉੱਥੋਂ ਇਹਨਾਂ ਨੇ ਮੋਟਰਸਾਈਕਲ ਖੋਹ ਕੀਤਾ ਸੀਗਾ ਜਿਸ ਸੰਬੰਧੀ ਆਲਰੇਡੀ ਇੱਕ ਮੁਕੱਦਮਾ ਦਰਜ ਆ। ਉਹ ਮੋਟਰਸਾਈਕਲ ਖੋਹ ਦੇ ਵਿੱਚ ਵੀ ਤਿੰਨ ਇਹਨਾਂ ਇਸ ਗਰੁੱਪ 'ਚੋਂ ਤਿੰਨ ਲੜਕੇ ਜਿਹੜੇ ਸੀਗੇ ਇਨਵੋਲਵ ਸੀਗੇ। ਹੁਣ ਜਿਹੜਾ ਇਹਨਾਂ ਨੂੰ ਜਿਹੜਾ ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਜਾਊਗਾ ਅਤੇ ਪੁਲਿਸ ਰਿਮਾਂਡ ਲੈ ਕੇ ਅੱਗੇ ਇਹਨਾਂ ਦੀ ਜਿਹੜੀ ਹੈ ਵੈਰੀਫਾਈ ਕੀਤਾ ਜਾਊਗਾ ਵੀ ਇਹਨਾਂ ਨੇ ਕੀ ਅੱਗੇ ਵਾਰਦਾਤਾਂ ਕੀਤੀਆਂ। ਇਹ ਜਿਹੜੇ ਆਪ ਹੀ ਪੰਜ ਲੜਕੇ ਜਿਹੜੇ ਇਹ ਕਾਬੂ ਕੀਤੇ ਨੇ ਅਸੀਂ, ਇਹਨਾਂ ਜਿਹੜੇ ਲੜਕੇ ਆ ਕੁਛ ਇੱਥੇ PG ਦੇ ਤੌਰ 'ਤੇ ਰਹਿੰਦੇ ਨੇ, ਕੁਛ ਬੱਚੇ ਸਟੂਡੈਂਟ ਨੇ, ਕੁਛ ਜਿਹੜੇ ਹੈਗੇ ਨੇ ਲੜਕੇ ਆਪਣਾ ਕੋਈ ਆਊਟ ਕੰਮਸ ਕਰਦੇ ਆ। ਇੱਕ ਰੇੜੀ ਲਗਾਉਂਦਾ, ਇੱਕ ਬਿਟਕੋਇਨ ਦਾ ਕੰਮ ਕਰਦਾ, ਇੱਕ ਲੇਬਰ ਦਾ ਕੰਮ ਕਰਦਾ, ਬਾਕੀ ਜਿਹੜੇ ਹੈਗੇ ਸਟੂਡੈਂਟਸ ਵੀ ਆ। ਇਹ ਇੱਥੇ PG 'ਚ ਰਹਿਣ ਕਰਕੇ ਇਹਨਾਂ ਦਾ ਆਪਸ 'ਚ ਜਿੱਦਾਂ ਤਾਲਮੇਲ ਹੋ ਗਿਆ, ਗਰੁੱਪ ਬਣ ਗਿਆ ਇਹਨਾਂ ਦਾ, ਗਰੁੱਪ ਬਣ ਕੇ ਇਹਨਾਂ ਨੇ ਜਿਹੜੀ ਹੈਗੀ ਹੈ ਇੱਕ ਪਹਿਲਾਂ ਮੋਟਰਸਾਈਕਲ ਵਾਲੀ ਵਾਰਦਾਤ, ਮੋਟਰਸਾਈਕਲ ਖੋਹ ਦੀ ਵਾਰਦਾਤ ਕੀਤੀ ਹੈ, ਹੁਣ ਇਹ ਵਾਰਦਾਤ ਕੀਤੀ ਹੈ। ਉਹ ਸਾਰੀ ਚੀਜ਼ ਵੈਰੀਫਾਈ ਕਰਦੇ ਆ ਜੀ। ਇਹਨਾਂ ਨੇ ਆਪਣੇ ਉੱਥੇ ਜਿਹੜੇ PG 'ਚ ਰਹਿਣ ਵਾਲੇ ਨੂੰ ਆਪਣੇ ID ਕਾਰਡਸ ਵਗੈਰਾ ਆਈਡੈਂਟੀ ਪਰੂਫ ਦਿੱਤੇ ਨੇ, ਅੱਗੇ PG ਵਾਲਿਆਂ ਨੇ ਥਾਣੇ ਦੇ ਵਿੱਚ ਅਜਲਾ ਦਿੱਤੀ ਹੋਈ ਹੈ ਕਿ ਨਹੀਂ ਹੈ, ਅਕੋਰਡਿੰਗਲੀ ਕਾਰਵਾਈ ਕੀਤੀ ਜਾਵੇਗੀ।